ब्रेक टू स्वागत ਹੈ ਸਾਰੀ ਹੀ ਦਸ਼ਕਾਂ ਦਾ ਤੇ ਹੁਣ ਗੱਲ ਕਰਾਂਗੇ ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਪ੍ਰਕਾਸ਼ ਪੁਰਬ ਨੂੰ ਲੈ ਕੇ ਰੌਣਕਾਂ ਜੋ ਨੇ ਉਹ ਜਿੱਥੇ ਕੀ ਦੇਸ਼ ਵਿਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਤਸਰੀ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਵਾਕਈ ਹੀ ਇਹ ਅਲੌਕਿਕ ਨਜ਼ਾਰਾ ਜੋ ਹੈ ਉਹ ਦੇਖਿਆ ਬਣਦਾ ਸਦਾ ਰੁਕ ਕਰ ਲੈਨੇ ਮੇਰੇ ਸਹਿਯੋਗੀ ਮਨਿੰਦਰ ਮੋਂਗਾ ਸਰ ਨਾਲ ਜੁਟ ਚੁਕੇ ਨੇ ਮਨਿੰਦਰ ਵਾਕਈ ਦੇ ਵਿੱਚ ਹਰ ਸਾਲ ਹੀ ਰੌਣਕਾਂ ਜੋ ਨੇ ਉਹ ਦੇਖਣ ਨੂੰ ਮਿਲਦੀਆਂ ਸੰਗਤ ਜੋ ਹੈ ਦੇਸ਼ ਵਿਦੇਸ਼ਾਂ ਤੋਂ ਪਹੁੰਚਦੀ ਹੈ ਔਰ ਗੁਰੂ ਘਰ ਦੀਆਂ ਅਸੀਸਾਂ ਲੈਂਦੀ ਹੈ ਅੱਜ ਕਿਸ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਜੀ ਦੇਖੋ ਮਨਪ੍ਰੀਤ ਸੋਢੀ ਸੁਲਤਾਨ ਸਾਹਿਬਸ਼ਿਰ ਕੋ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰੂ ਦੁਨੀਆ ਭਰ ਵਿੱਚ ਬਹੁਤ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਪਰ ਜੇਕਰ ਗੱਲ ਕੀਤੀ ਜਾਵੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤੇ ਇੱਥੇ ਵਕਰੀ ਰੌਣਕਾਂ ਦੇਖਣ ਨੂੰ ਮਿਲ ਰਿਆ ਨੇ ਬੀਤੇ ਕੱਲ ਤੋਂ ਹੀ ਸੰਤਾਂ ਦਾ ਸਮੁੰਦਰ ਇੱਥੇ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਲੱਖਾਂ ਦੀ ਦਾਵੀ ਸੰਤਾਂ ਤਨ ਸ਼੍ਰੀ ਗੁਰੂ ਰਾਮਦਾਸ ਜੀ ਪ੍ਰਤੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਸੱਚਖੰਡ ਸ੍ਰੀ ਹੰਦਰ ਸਾਹਿਬ ਵਿਖੇ ਪਹੁੰਚ ਰਿਹਾ ਨੇ ਔਰ ਜੇ ਸੰਤਾਂ ਦੇ ਇੱਕਠ ਦੀ ਗੱਲ ਕੀਤੀ ਜਾਵੇ ਤਾਂ ਬੇਰ ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਘੁੰਮ ਕੇ ਸੱਚਖੰਡ ਸ੍ਰੀ ਹਮੰਦਰ ਸਾਹਿਬ ਤੱਕ 5 5 6 6 ਘੰਟੇ ਇੰਤਜ਼ਾਰ ਕਰਕੇ ਸੰਤਾਂ ਸੱਚਖੰਡ ਸ੍ਰੀ ਹਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਤੁਹਾਨੂੰ ਰਾਮਦਾਸ ਦੇ ਦਰ ਦਾ ਅਸ਼ੀਰਵਾਦ ਲੈ ਰਹੀਆਂ ਨੇ ਇੱਕ ਵੱਖਰਾ ਅਧਿਆਤਮਿਕ ਮਾਹੌਲ ਹੈ ਅੰਮ੍ਰਿਤ ਸਰੋਵਰ ਦੇ ਦਰਮਿਆਨ ਸਜੋਬਤ ਸੱਚਖੰਡ ਸ੍ਰੀ ਹਮੰਦਰ ਸਾਹਿਬ ਤੋਂ ਇਲਾਹੀ ਬਾਣੀ ਦੀਆਂ ਉੱਠ ਰਹੀਆਂ ਧੁਨਾ ਅਮਰਤ ਸਰੋਵਰ ਦੀਆਂ ਲਹਿਰਾਂ ਨਾਲ ਮਿਲ ਕੇ ਚੁਗਿੱਦਰ ਦੇ ਵਾਤਾਵਰਨ ਨੂੰ ਅਧਿਆਤਮਕ ਸੁਗੰਧੀ ਨਾਲ ਸਰਸ਼ਾਰ ਕਰ ਰਹੀਆਂ ਨੇ ਔਰ ਇਹਨਾਂ ਅਧਿਆਤਮਕ ਤਰੰਗਾਂ ਨੂੰ ਇਸ ਅਧਿਆਤਮਕ ਸੁਗੰਧੀ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਸਿਰਫ ਮਹਿਸੂਸ ਕੀਤਾ ਜਾ ਸਕਦਾ ਔਰ ਜਿਸ ਦਾ ਆਨੰਦ ਹਰ ਸੰਗ ਸ਼ਰਧਾਲੂ ਦੇ ਚਿਹਰੇ ਤੇ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਬੀਤੀ ਰਾਤ ਤੋਂ ਹੀ ਸੰਗਤਾਂ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਪਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਪੰਜ ਪੰਜ 7-7 ਘੰਟੇ ਕਤਾਰਾਂ 'ਚ ਖੜੇ ਹੋ ਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਜੇਕਰ ਸਵੇਰ ਦੀ ਗੱਲ ਕਰਤੀ ਹੈ ਮਨਪ੍ਰੀਤ ਤਾਂ ਸਵੇਰੇ 8:30 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਇਕਾਲ ਤਖਤ ਸਾਹਿਬ ਅਤੇ ਗੁਰਦਾਰਾ ਬਾਬਾ ਢਲਰਾਇ ਵਿਖੇ ਪਾਵਨ ਪਿੱਤਰ ਜਲੋ ਸੰਗਤਾਂ ਦੇ ਦਰਸ਼ਨਾਂ ਲਈ ਸਜਾਏਗੇ ਜਿਨ੍ਹਾਂ ਦੇ ਦਰਸ਼ਨਾਂ 'ਚ ਸੰਗਤਾਂ ਨੂੰ ਹਮੇਸ਼ਾ ਹੀ ਬੇਹੱਦ ਤਾਂਗ ਰਹਿੰਦੀ ਹੈ ਔਰ ਸੰਗਤਾਂ ਆਪਣੇ ਆਪ ਨੂੰ ਬੇਹੱਦ ਕਰਮਾਂ ਵਾਲਾ ਬੇहद ਖੁਸ਼ਕਿਸਮਤ ਮੰਦੀਆਂ ਨੇ ਕਿਉਂ ਨਾਲ ਇਸ ਪਾਵਨ ਦਿਹਾੜੇ ਮੌਕੇ ਆ ਕੇ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ ਅਤੇ ਜਲੋਹ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਸਮਾਗਮਾਂ ਦੀ ਤੇ ਝਾਤ ਮਾਰੀ ਤਾਂ ਬੀਤੇ ਕੱਲ ਬਾਅਦ ਪੈਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੋਕਿਕ ਨਗਰ ਕੀਰਤਨ ਸਜਿਆ ਗਿਆ ਜੋ ਪ੍ਰਾਤਨ ਸ਼ਹਿਰ ਦੇ 12 ਇਤਿਹਾਸਿਕ ਦਰਵਾਜ਼ੇ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਇਆ ਇਸ ਤੋਂ ਬਾਅਦ ਗੁਰਦੁਆਰਾ ਮੰਜੀ ਸਾਹਿਬ ਦਰਾਨਾਲ ਵਿਖੇ ਬੀਤੀ ਰਾਤ ਰਾਗਾ ਤੇ ਆਧਾਰਿਤ ਕੀਰਤਨ ਦਰਬਾਰ ਸਜਾਇਆ ਗਿਆ ਅੱਜ ਸਵੇਰੇ ਗੁਰਦਰਾ ਮੰਨਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੀ ਖਾਨਪਾਟ ਸਾਹਿਬ ਤੋਂ ਬਾਅਦ ਇੱਕ ਵਿਸ਼ਾਲ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਪੰਤੇਬ ਸਿੱਧ ਰਾਗੀ ਢਾਡੀ ਕਵੀਸ਼ਰੀ ਜਥਿਆਂ ਦੇ ਨਾਲ-ਨਾਲ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਬਾਅਦ ਮેર 12 ਵਜੇ ਸ਼੍ਰੀ ਕਲਤਕ ਸਾਬ ਵਿਖੇ ਅੰਮ੍ਰਿਤ ਸੰਚਾਰ ਕਰਾਇਆ ਗਿਆ ਜਿਸ ਦੀ ਵੱਡੀ ਗਿਤੀ ਵਿੱਚ ਪ੍ਰਾਣੀਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਦੇ ਲਾੜ ਲੱਗੇ ਔਰ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਦਿਨ ਪਰ ਚੱਲੇ ਸਮਾਗਮ ਤੋਂ ਬਾਅਦ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਸਰੋਵਰ ਦੇ ਕਿਨਾਰੇ ਅਸੀਂ ਦੇਖ ਸਕਦੇ ਹੋ ਸੰਗਤਾਂ ਬੈਠ ਚੁੱਕੀਆਂ ਨੇ ਸਰੋਵਰ ਦੇ ਕਿਨਾਰੇ ਕਿਉਂਕਿ ਇਸ ਤੋਂ ਬਾਅਦ ਸੀਟ ਨਹੀਂ ਮਿਲਣ ਵਾਲੀ ਤੇ ਹੁਣ ਤਾਂ ਤਸਵੀਰ ਵਿੱਚ ਸਾਂਝੀ ਕਰਨੀ ਚਾਹੂੰਗਾ ਤੁਸੀਂ ਦੇਖ ਸਕਦੇ ਹੋ ਬਾਲਟੀਆਂ ਦੇ ਵਿੱਚ ਤੇਲ ਦੇ ਭਰਿਆ ਹੋਇਆ ਘਿਓ ਭਰਿਆ ਹੋਇਆ ਦੀਵੇ ਵੰਡੇ ਜਾ ਰਹੇ ਨੇ ਮੋਮਬਤੀਆਂ ਵੰਡੀਆਂ ਜਾ ਰਹੀਆਂ ਤੇਸ ਤੋਂ ਬਾਅਦ ਕੁਝ ਸਮਾਂ ਹੋਰ ਡੇ ਲਾਈਟ ਘਟਦਿਆਂ ਹੀ ਦਿਨ ਛਿਪਦਿਆਂ ਹੀ ਸੰਗਤਾਂ ਵੱਲੋਂ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਪਹੁੰਚੀ ਹੈ ਸੰਗਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੇ ਕਿਨਾਰੇ ਕਿਉ ਦੇ ਦੀਵੇ ਅਤੇ ਰੰਗ-ਬਰੰਗੀਆਂ ਮੋਮਬਤੀਆਂ ਬਾਲ ਕੇ ਤੁਨ ਕੋ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਮਨਾਈ ਜਾਣੀ ਹੈ ਔਰ ਉਸ ਤੋਂ ਬਾਅਦ ਰਹਿ راست ਦੇ ਪਾਰ ਤੋਂ ਅਪਰੰਤ ਸ੍ਰੀ ਦਰਬਾਰ ਸਾਹਿਬ ਸਮੂਹ ਤੋਂ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਅਕਾਸ਼ ਵਿੱਚ ਚੱਲਣ ਵਾਲੀ ਪ੍ਰਦੂਸ਼ਣ ਰਹਿਤ ਆਤੀਸ਼ਵਾਜੀ ਕੀਤੀ ਜਾਣੀ ਹੈ ਜਿਸ ਦਾ ਅਲੌਕਿਕ ਅਦਭੁਤ ਨਜ਼ਾਰਾ ਦੇਖਣ ਦੇ ਲਈ ਸੰਤਾਂ ਲੱਖਾਂ ਦੀ ਗਿਣਤੀ ਵਿੱਚ ਪਹਿਲਾਂ ਤੋਂ ਹੀ ਪਹੁੰਚ ਚੁੱਕਿਆ ਨੇ ਮੌਜੂਦ ਨੇਰ ਉੰਤਿਆਰ ਕਰ ਰਹੇ ਨੇ ਉਸ ਘੜੀ ਦਾ ਜਦੋਂ ਉਸ ਅਲੌਕਿਕ ਨਜ਼ਾਰੇ ਦਾ ਆਨੰਦ ਮਾਣਿਆ ਜਾ ਸਕੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਆ ਰਸਤਿਆਂ ਦਾ ਟ੍ਰੈਫਿਕ ਜਾਮ ਪੂਰੀ ਤਰ੍ਹਾਂ ਜਾਮ ਲੱਗਿਆ ਹੋਇਆ ਔਰ ਇਸ ਸੰਤਾਂ ਦੀ ਆਮਦ ਨੂੰ ਮੁੱਖ ਰੱਖਦੇ ਆ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਦੇ ਜਿੱਥੇ ਕਰੇੜੇ ਪ੍ਰਬੰਧ ਕੀਤੇ ਗਏ ਨੇ ਉੱਥੇ ਨਾਲ ਹੀ ਟ੍ਰੈਫਿਕ ਵਿਵਸਥਾ ਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਸਾਰੇ ਰਸਤੇਾਂ ਤੇ ਫੋਰ ਵੀਲਰਜ਼ ਦੇ ਆਉਣ ਦੀ ਮਨਾਹੀ ਸਵੇਰ ਤੋਂ ਹੀ ਜਿਹੜੀ ਹੈ ਉਹ ਲਾਗੂ ਕੀਤੀ ਗਈ ਹੈ ਫੋਰ ਵੀਲਰਜ਼ ਦੇ ਲਈ ਲਗ ਲਗ ਪਾਰਕਿੰਗ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਹਾਲਾਂਕਿ ਪਾਰਕਿੰਗ ਦੀ ਕਾਰ ਦੇ ਚਲਦੇ ਸੰਕਾ ਨੂੰ ਭਾਰੀ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਜੋ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਹੈ ਉੱਥੇ ਕਿਸੇ ਤਰ੍ਹਾਂ ਦਾ ਟ੍ਰੈਫਿਕ ਨਜ਼ਰ ਨਹੀਂ ਆ ਰਿਹਾ ਜੇ ਨਜ਼ਰ ਆ ਰਿਹਾ ਤਾਂ ਸ਼ਰਧਾਲੂਆਂ ਦਾ ਹੜ੍ਹ ਅੱਜ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਸ੍ਰੀ ਅਮਰਸਰ ਸਾਹਿਬ ਖਾਲਸਾਈ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਜਾਂ ਕਹਿ ਲਈਏ ਕਿ ਸ਼ਰਦਾ ਦਾ ਠਾਠਾ ਮਾਰਦਾ ਸਮੁੰਦਰ ਜਿਹੜਾ ਅੱਜ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਵਿੰਦਿਆ ਹੋਇਆ ਨਜ਼ਰ ਆ ਰਿਹਾ ਹੈ ਸੰਗਤਾਂ ਬੇहद ਖੁਸ਼ ਨੇ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਔਰ ਉਸ ਤੋਂ ਬਾਅਦ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਹੈ ਉਸ ਘੜੀ ਦਾ ਜਦੋਂ ਆਤਿਸ਼ਬਾਜੀ ਤੇ ਦੀਪਮਾਲਾ ਦਾ ਲੋਕਿਕ ਨਜ਼ਾਰਾ ਦੇਖਣ ਨੂੰ ਮਿਲੇ ਜਿਸ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਰਵਾਂਗੇ ਜੀ ਮਨਪ੍ਰੇਤ ਬਿਲਕੁਲ 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 ਮੰਦਰ ਵਾਕਈ ਬੇਹਦ ਬੇਹਦ ਅਧਿਆਤਮਕ ਮਾਹੌਲ ਜੋ ਹੈ ਉਹ ਬੜਿਆ ਹੋਇਆ ਹੈ ਔਰ ਹਮੇਸ਼ਾ ਹੀ ਆਮੂਮਨ ਵੀ ਦੇਖਿਆ ਜਾਂਦਾ ਹੈ ਕਿ ਸੰਗਤ ਜੋ ਹੈ ਹਮ ਹਮਾ ਕੇ ਦੇਸ਼ ਵਿਦੇਸ਼ ਤੋਂ ਜੋ ਹੈ ਸ੍ਰੀ ਦਰਬਾਰ ਸਾਹਿਬ ਵਿਖੇ ਨਤਪਸਕ ਹੁੰਦੀ ਹੈ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਦੀ ਹੈ ਪਰ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ ਇਸ ਨੂੰ ਲੈ ਕੇ ਲਾਜ਼ਮੀ ਹੈ ਕਿ ਸੰਗਤ ਦਾ ਹੜ ਅਸੀਂ ਦੇਖ ਪਾ ਰਹੇ ਹਾਂ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ ਕਿ ਸੰਗਤ ਜੋ ਹੈ ਲਗਾਤਾਰ ਪਹੁੰਚ ਰਹੀ ਹੈ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਸੰਗਤ ਜੋ ਹੈ ਉਹ ਗੁਰੂ ਘਰ ਚ ਨਤਮਸਤਕ ਹੋ ਰਹੀ ਹੈ ਅਸੀਸਾਂ ਜੋ ਹੈ ਉਹ ਪ੍ਰਾਪਤ ਕੀਤੀਆਂ ਜਾ ਰਹੀਆਂ ਨੇ ਅਸੀਂ ਦੇਖ ਪਾ ਰਹੇ ਹਾਂ ਮਨਿੰਦਰ ਖਾਸ ਤੌਰ ਤੇ ਜੋ ਤਸਵੀਰਾਂ ਦੇ ਵਿੱਚ ਸਮਝਿਆ ਜਾ ਸਕਦਾ ਹੈ ਕਿ ਕੋਈ ਕਾਲ ਨਹੀਂ ਕੀਤੀ ਜਾ ਰਹੀ ਹਰ ਕੋਈ ਬੜੇ ਹੀ ਬੜੇ ਆਰਾਮ ਦੇ ਨਾਲ ਬੜੇ ਹੀ ਸ਼ਾਂਤ ਚਿੱਤ ਸਮਝਿਆ ਜਾ ਸਕਦਾ ਹੈ ਕਿ ਇੱਕ ਪੂਰਾ ਅਧਿਆਤਮਿਕ ਉਹ ਮਾਹੌਲ ਜੋ ਹੈ ਉਹ ਸਰਜਦਾ ਹੋਇਆ ਅੱਜ ਨਜ਼ਰ ਆ ਰਿਹਾ ਜੀ ਬਿਲਕੁਲ ਮਨਪ੍ਰਿਤ ਇਸ ਮਾਹੌਲ ਨੂੰ ਸ਼ਬਦਾਂ ਚ ਇਸ ਮਾਹੌਲ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਜੋ ਮਾਹੌਲ ਇਸ ਵੇਲੇ ਇੱਥੇ ਨਜ਼ਰ ਆ ਰਿਹਾ ਹੈ ਦੇਸ਼ ਵਿਦੇਸ਼ਾਂ ਚੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਬੀਤੇ ਕੱਲ ਤੋਂ ਹੀ ਇੱਥੇ ਪਹੁੰਚ ਰਹੀਆਂ ਨੇ ਔਰ ਬੜਾ ਚਾਹ ਇਸ ਗੱਲ ਦਾ ਕਿ ਉਹਨਾਂ ਨੂੰ ਤੁਹਾਨੂੰ ਕੋ ਰਾਮਦਾਸ ਦੇ ਪ੍ਰਕਾਸ਼ਪੁਰਪੁਰ ਮੌਕੇ ਜਿਨ੍ਹਾਂ ਨੇ ਇਹ ਗੁਰੂ ਨਗਰੀ ਵਸਾਈ ਸੀ ਔਰ ਇੱਥੇ ਵਕਫਾ ਕਿੱਤਿਆਂ ਦੇ ਮਾਹਰ ਬੁੰਜਾ ਕਾਰிகਾਰਾਂ ਨੂੰ ਵਸਾਇਆ ਸੀ ਗੁਰੂ ਬਾਜ਼ਾਰ ਦੀ ਸ਼ੁਰੂਆਤ ਕੀਤੀ ਸੀ ਔਰ ਅੱਜ ਵੀ ਉਹ ਬਾਜ਼ਾਰ ਗੁਰੂ ਬਾਜ਼ਾਰ ਦੇ ਨਾਲ ਮਸ਼ਹੂਰ ਹੈ ਉਸ ਵੇਲੇ ਪ੍ਰਾਤਨ ਸਮੇਂ ਚ ਜਦੋਂ ਗੁਰੂ ਸਾਹਿਬ ਨੇ ਬੰਨਜਾ ਕਾਰੀਗਰਾਂ ਨੂੰ ਇੱਥੇ ਲਾ ਕੇ ਵਸਾਇਆ ਸੀ ਤਾਂ ਪੂਰੇ ਦੇਸ਼ ਵਿੱਚ ਇੱਕ ਪ੍ਰਮੁੱਖ ਵਪਾਰ ਕੇਂਦਰ ਵਜੋਂ ਵਿਕਸਿਤ ਹੋਇਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਔਰ ਅੱਜ ਵੀ ਉਹ ਗੁਰੂ ਬਾਜ਼ਾਰ ਪੂਰੇ ਦੇਸ਼ ਦੇ ਵਿੱਚ ਸੋਨੇ ਦੇ ਕਹਨੇ ਜਾਂ ਫਿਰ ਕੋਕੇ ਜਿਹੜਾ ਪੂਰੇ ਦੇਸ਼ ਦੇ ਵਿੱਚ ਇੱਥੋਂ ਸਪਲਾਈ ਜਿਹੜੀ ਕੀਤੀ ਜਾਂਦੀ ਹੈ ਭਾਂਡਿਆਂ ਦਾ ਹੋਲ ਬਜ਼ਾਰ ਦਾ ਹੋਲ ਸੇਲ ਦਾ ਸਭ ਤੋਂ ਵੱਡਾ ਬਾਜ਼ਾਰ ਜਾਂ ਸੋਨੇ ਦੇ ਗਹਿਣੇ ਸਭ ਤੋਂ ਵੱਡਾ ਹੋਲ ਬਜ਼ਾਰ ਹੋਲ ਸੇਲ ਬਾਜ਼ਾਰ ਜਿਹੜਾ ਦੇਸ਼ ਤਾਂ ਨਹੀਂ ਮੈਂ ਕਹਿੰਦਾ ਪਰ ਪੰਜਾਬ ਦਾ ਅੱਜ ਵੀ ਸਭ ਤੋਂ ਪ੍ਰਮੁੱਖ ਬਾਜ਼ਾਰ ਜਿਹੜਾ ਗੁਰੂ ਬਾਜ਼ਾਰ ਮੰਨਿਆ ਜਾਂਦਾ ਹੈ ਔਰ ਸੰਗਤਾਂ ਨੂੰ ਇਸ ਗੱਲ ਦਾ ਬੇਹਦ ਚਾਰ ਆਂਦਾ ਹੈ ਅੱਜ ਸ੍ਰੀ ਅਮਰitsar ਸਾਹਿਬ ਦੇ ਸਾਰੇ ਪ੍ਰਮੁੱਖ ਬਾਜ਼ਾਰਾਂ 'ਚ ਚੌਂਕਾਂ 'ਚ ਸੰਕਤਾ ਵੱਲੋਂ ਸ਼ਰਧਾ ਤੇ ਸਤਿਕਾਰ ਦਾ ਪਕਾਵਾ ਕਰਦੇ ਆ ਸਜਾਵਟੀ ਗੇਟ ਲਗਾਏ ਗਏ ਨੇ ਤਰ੍ਹਾਂ ਤਰ੍ਹਾਂ ਦੇ ਸਾਦੀ ਲੰਗਰ ਜਿਹੜੇ ਆ ਉਹ ਵਰਤਾਏ ਜਾ ਰਹੇ ਨੇ ਸਵੇਰ ਦਾ ਮਾਹੌਲ ਬੇਹਦ ਅਦਭੁਤ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਸ਼ਹਿਰ ਦੇ ਨਹੀਂ ਬਲਕਿ ਵੱਖ-ਵੱਖ ਪਿੰਡਾਂ ਸ਼ਹਿਰਾਂ ਕਸਬਿਆਂ ਚੋਂ ਕਾਫੀ ਦਿਨਾਂ ਤੋਂ ਸਜਾਈਆਂ ਜਾ ਰਹੀਆਂ ਪ੍ਰਬਾਤ ਫੇਰੀਆਂ ਇੱਥੇ ਪਹੁੰਚ ਕੇ ਸੰਪੂਰਨ ਹੋਈਆਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਹਰ ਰਸਤੇ ਤੇ ਵੱਡੀ ਗਿਣਤੀ ਚ ਪ੍ਰਬਾਤ ਫੇਰੀਆਂ ਨਜ਼ਰ ਆਈਆਂ ਬੈਂਡ ਬਾਜਿਆਂ ਦੇ ਨਾਲ ਬੇਹਦ ਸ਼ਾਨੋ ਸ਼ੌਕਤ ਦੇ ਨਾਲ ਸਤ ਸਾਈ ਜਹੋ ਜਲਾਲ ਦੇ ਵਿੱਚ ਰੰਗਦੇ ਆ ਰੰਗੇ ਹੋਏ ਜਿਹੜੇ ਨਜ਼ਰ ਆਏ ਸਾਰੇ ਰਸਤੇ ਔਰ ਹੁਣ ਤੱਕ ਵੀ ਹਰ ਬਾਜ਼ਾਰ ਹਰ ਚੌਂਕ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਆ ਉਹ ਇੱਥੇ ਵਰਤਾਏ ਜਾ ਰਹੇ ਨੇ ਚਾਹੇ ਜੂਸ ਹੈ ਕੌਫੀ ਹੈ ਪ੍ਰਸ਼ਾਦੇ ਹੈ ਜਾਂ ਫਿਰ ਸਮੋਸੇ ਹੈ ਜਾਂ ਲੱਡੂ ਹੈ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੋਂ ਤਰ੍ਹਾਂ ਤਰ੍ਹਾਂ ਦੇ ਸੁਆਦੀ ਲੰਗਰਾਂ ਦੇ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਟੁੱਟ ਵਰਤਾਏ ਜਾ ਰਹੇ ਲੰਗਰ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਸੰਗਤਾਂ ਸ਼੍ਰੀ ਦਰਬਾਰ ਸਾਹਿਬ ਦੇ ਜਾਂਦੇ ਰਸਤੇ ਤੇ ਨਜ਼ਰ ਆ ਰਹੀਆਂ ਨੇ ਔਰ ਖਾਸ ਕਰਕੇ ਸਾਰਾ ਬਰਾਤੀ ਮਾਰਗ ਪੂਰੇ ਖਾਦਸਾਈ ਰੰਗ ਦੇ ਵਿੱਚ ਅਧਿਆਤਮਕ ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਸਵੇਰ ਤੋਂ ਹੀ ਬਰਾਤੀ ਮਾਰਗ ਤੇ ਕਿਤੇ ਤਿਲ ਤਰਨੂ ਪੈਰ ਸਾਰ ਜਿਹੜੀ ਹੈ ਜਗਾ ਉਹ ਨਜ਼ਰ ਨਹੀਂ ਆ ਰਹੀ ਔਰ ਇਹ ਨਜ਼ਾਰਾ ਅੱਜ ਗੁਰੂ ਰਾਮਦਾਸ ਦੇ ਪ੍ਰਕਾਸ਼ਪੁਰਪੁਰ ਮੌਕੇ ਖਾਸ ਤੌਰ ਤੇ ਦੇਖਣ ਨੂੰ ਮਿਲ ਰਿਹਾ ਹਾਲਾਂਕਿ ਸ਼ਨੀਵਾਰ ਐਤੋਂ ਤੌਰ ਵੀਕਐਂਡ ਤੇ ਜਾਂ ਫਿਰ ਖਾਸ ਦਿਹਾੜਿਆਂ ਮੌਕੇ ਬੇਸ਼ੱਕ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵਿਖਦਾ ਪਰ ਜੋ ਨਜ਼ਾਰਾ ਅੱਜ ਦੇਖਣ ਨੂੰ ਮਿਲਿਆ ਉਹ ਕਈ ਸਾਲਾਂ ਬਾਅਦ ਜਿਹੜਾ ਅੱਜ ਦੇਖਿਆ ਜਾ ਰਿਹਾ ਔਰ ਜੇਕਰ ਗੱਲ ਕੀਤੀ ਹੋਵੇ ਸ਼੍ਰੀ ਗੁਰੂ ਰਾਮਦਾਸ ਲੰਗਰ ਕਰਦੀ ਉੱਥੇ ਇੱਕ ਵੱਖਰਾ ਨਜ਼ਾਰਾ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਕਿਚਨ ਜਿੱਥੇ ਆਮ ਦਿਨਾਂ ਦੇ ਵਿੱਚ ਰੋਜ਼ਾਨਾ 1 ਲੱਖ ਤੋਂ ਵੱਧ ਸ਼ਰਧਾਲੂ ਲੰਗਰ ਛਕਦੇ ਨੇ ਪਰ ਅੱਜ ਉੱਥੇ 5 ਲੱਖ ਤੋਂ ਵੱਧ ਸ਼ਰਧਾਲੂ ਜਿਹੜਾ ਉਹ ਲੰਗਰ ਛਕ ਚੁੱਕੇ ਨੇ ਕਿਉਂਕਿ ਜਿਸ ਤਰ੍ਹਾਂ ਦਾ ਇੰਤਜ਼ਾਮ ਕੀਤਾ ਗਿਆ ਉਸ ਇੰਤਜ਼ਾਮ ਨੂੰ ਤਜਰਬੇ ਦੇ ਹਿਸਾਰ ਤੇ ਜੋ ਮਹਾਰਾ ਵੱਲੋਂ ਦੱਸਿਆ ਜਾ ਰਿਹਾ ਜੋ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਕਿ 5 ਲੱਖ ਦੇ ਕਰੀਬ ਸ਼ਰਧਾਲੂ ਜਿਹੜਾ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਲੰਗਰ ਛੱਕ ਚੁੱਕੇ ਨੇ ਤੋਂ ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੀ ਸੰਗਤਾਂ ਦੀ ਗਿਣਤੀ 5 ਲੱਖ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਔਰ ਇਹ ਨਜ਼ਾਰਾ ਸੱਚਮੁੱਚ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਰਧਾਲੂ ਬੇਹਤ ਖੁਸ਼ ਨਜ਼ਰ ਆ ਰਹੇ ਹੈ ਪ੍ਰਬੰਧਾ ਦੇ ਵੀ ਗੁੰਨਗਾਰੇ ਹੈ ਚਾਹੇ ਇੰਨਾ ਵੱਡਾ ਇਕੱਠ ਹੈ ਪਰ ਪ੍ਰਬੰਧਾ ਦੀ ਲੰਗਰਾਂ ਦੀ ਕਿਤੇ ਕਿਸੇ ਤਰ੍ਹਾਂ ਦੀ ਕੋਈ ਕਮੀ ਜਿਹੜੀ ਹੈ ਉਹ ਸ਼ਰੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਆਂ ਦਿੱਤੀ ਜਾ ਰਹੀ ਸੋ ਤੇ ਜੇ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸੰਕਟਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਚੱਲਣੀ ਪਵੇ ਹਾਲਾਂਕਿ ਕਮਰਿਆਂ ਦੀ ਘਾਟ ਜਿਹੜੀ ਜ਼ਰੂਰ ਮਹਿਸੂਸ ਹੁੰਦੀ ਹੈ ਪਰ ਉਸ ਸੰਬੰਧ ਵਿੱਚ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦੱਸਿਆ ਗਿਆ ਹੈ ਕਿ ਆਉਂਦੇ ਬਰੇ ਤੱਕ ਚਾਰ ਹੋਰ ਸਰਾਵਾ ਜਿਹੜੀਆਂ ਉਹ ਮੁਕੰਮਲ ਹੋ ਜਾਣਗੀਆਂ ਅਕਾਲੀ ਮਾਰਕੀਟ ਦੇ ਵਿੱਚ ਇੱਕ 1700 ਕਮਰਿਆਂ ਦੀ ਜਿਹੜੀ ਸਰਾਹ ਹੈ ਉਹ ਤਿਆਰ ਹੋ ਰਹੀ ਜਿਸ ਦਾ ਇੱਕ ਸਾਲ ਦੇ ਵਿੱਚ ਜਿਹੜਾ ਜਿਸ ਦਾ ਕੰਮ ਜਿਹੜਾ ਉਹ ਪੂਰਾ ਕਰ ਦਿੱਤਾ ਜਾਊ ਸੰਗਤਾਂ ਨੂੰ ਅਰਪਣ ਕਰ ਦਿੱਤੀਏ ਉਸ ਤੋਂ ਇਲਾਵਾ ਤਿੰਨ ਹੋਰ ਸਰਾਵਾਂ 2-2 3300 ਕਮਰੇ ਜਿਹੜੀ ਆ ਉਹ ਬਣ ਰਹੀਆਂ ਨੇ ਤੋਂ ਆਂਦੇ ਬਰੇ ਤੱਕ ਜਿਹੜੀ ਕਮਰਿਆਂ ਦੀ ਘਾਟ ਤੇ ਵੀ ਕਾਫੀ ਹੱਦ ਤੱਕ ਕਾਬੂ ਪਾ ਲਿਆ ਜਾਊ ਪਰ ਸੰਗਤਾਂ ਦੀ ਪਰੇਸ਼ਾਨੀ ਨਾ ਹੋਵੇ ਕਿਸੇ ਤਰ੍ਹਾਂ ਦੀ ਇਸ ਦੇ ਲਈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਤੋਂ ਹੁਣ ਇੰਤਜ਼ਾਰ ਬਿਲਕੁਲ ਦਨ ਚੇਪਨ ਦਾ ਜਦੋਂ ਦੀਪ ਪਾਲਾ ਅਤੇ ਆਤਿਸ਼ਬਾਜੀ ਦਾ ਲੋਕਿਕ ਨਜ਼ਾਰਾ ਅਸੀਂ ਸੰਗਤਾਂ ਨਾਲ ਸਾਂਝਾ ਕਰਾਂਗੇ ਜੀ ਮਨਪ੍ਰੀਤ ਜੀ ਸ਼ੁਕਰੀਆ ਮਰਿੰਦਰ ਐ ਦਿਲ ਨੂੰ ਟੁੰਬਣ ਵਾਲੀਆਂ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਲਈ ਸੋ ਵਾਕਏ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਰੌਣਕਾਂ ਜੁਨੇ ਉਬਰਕਰਾਰ ਨੇ ਔਰ ਗੁਰੂ ਘਰ ਦੀਏ ਤਸਵੀਰ ਆਪਣੇ ਆਪ ਦੇਖਿਆ ਹੀ ਬਣਦੀ ਹੈ ਔਰ ਕਿਸ ਤਰ੍ਹਾਂ ਸੰਗਤ ਜੋ ਹੈ ਪੂਰੇ ਉਤਸ਼ਾਹ ਦੇ ਨਾਲ ਬੜੇ ਸ਼ਰਧਾ ਭਾਵ ਦੇ ਨਾਲ ਪਹੁੰਚ ਰਹੀ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿਸ ਤਰ੍ਹਾਂ ਇਹ ਕਹਿ ਸਕਦੇ ਹਾਂ ਕਿ ਸ਼ਰਦਾਪਾਪ ਦੇਖਣ ਨੂੰ ਮਿਲ ਰਿਹਾ ਸੋ ਆਪਣੇ ਆਪ ਦੇ ਵਿੱਚ ਸਾਡੀ ਸਾਡੇ ਸ਼ਾਨਾਮੱਤਾ ਇਤਿਹਾਸ ਦੀ ਖੂਬਸੂਰਤੀ ਵੀ ਹੈ ਔਰ ਖਾਸ ਤੌਰ ਤੇ ਸੰਗਤ ਜੋ ਹੈ ਉਹ ਗੁਰਬਾਣੀ ਦੇ ਵਿੱਚ ਵੀ ਲੀਨ ਨਜ਼ਰ ਆ ਰਹੀ ਹੈ ਸੋ ਤਸਵੀਰਾਂ ਅਸੀਂ ਲਗਾਤਾਰ ਸਾਂਝਾ ਕਰਦੇ ਰਹਾਂਗੇ ਬਿਹਰਾਲ ਦੀ ਉਜਾਸਾ ਧੰਨਵਾਦ